ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਪਟਿਆਲਾ ਪਹੁੰਚਿਆ। ਪਟਿਆਲਾ ਸ਼ਹਿਰ 'ਚ ਦਾਖਲ ਹੋਣ ਤੋਂ ਪਹਿਲਾਂ ਸਵਾਗਤੀ ਗੇਟ 'ਤੇ ਖਾਲਸਾ ਜੈਕਾਰਿਆਂ ਦੀ ਗੂੰਜ ਨਾਲ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੇ ਸਵਾਗਤ 'ਚ ਪੰਜਾਬ ਪੁਲਿਸ ਦੇ ਬੈਂਡ ਅਤੇ ਜਵਾਨਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਸੰਗਤਾਂ ਵੱਲੋਂ ਅਲੌਕਿਕ ਆਤਿਸ਼ਬਾਜ਼ੀ ਵੀ ਕੀਤੀ ਗਈ। ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ, SGPC ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬੰਡੂੰਗਰ, ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਅਤੇ ਹੋਰਨਾਂ ਵੱਲੋਂ ਰੁਮਾਲਾ ਸਾਹਿਬ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਸਵਾਗਤ ਕਰਨ ਵਾਲਿਆਂ 'ਚ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਅਤੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਅਤੇ ਤੋਹਫੇ ਭੇਟ ਕੀਤੇ ਗਏ। ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਦੇਰ ਰਾਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਸ਼ਰਾਮ ਲਈ ਪਹੁੰਚਿਆ, ਜਿੱਥੇ ਕਿ ਵਿਸ਼ਰਾਮ ਕਰਨ ਉਪਰੰਤ ਇਹ ਅਗਲੇ ਪੜਾਅ ਲਈ ਰਵਾਨਾ ਹੋਇਆ। ਜਿਹੜਾ ਆਪਣੇ ਸੰਗਤਾਂ ਦਾ ਹੜ ਆਇਆ ਹੋਇਆ ਅੱਜ ਪਟਿਆਲਾ ਦੇ ਵਿੱਚ 550 ਸਾਲਾ ਮਹਾਨ ਨਗਰ ਕੀਰਤਨ ਜਿਹੜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਿਆਂ ਨੂੰ ਸਮਰਪਿਤ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਸੀ, ਅੱਜ ਪਟਿਆਲਾ ਦੀ ਧਰਤੀ 'ਤੇ ਨਗਰ ਕੀਰਤਨ ਪਹੁੰਚਿਆ। ਉੱਥੇ ਹੀ ਜਿੱਥੇ ਸਮੁੱਚੀਆਂ ਹੀ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਦਾ ਜਿਹੜਾ ਦਾ ਠਾਠਾ ਮਾਰਦਾ ਹੈ ਇਕੱਠ ਆਪਾਂ ਦੇਖ ਰਹੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਆਪਣੇ ਮੱਥਾ ਟੇਕਣ ਵਾਸਤੇ ਦਰਸ਼ਨ ਦਿਦਾਰੇ ਕਰਨ ਵਾਸਤੇ ਸੰਗਤਾਂ ਇੱਥੇ ਪਹੁੰਚੀਆਂ ਨੇ। ਮੈਂ ਸਮੁੱਚੀਆਂ ਹੀ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਅਤੇ ਸਾਰੇ ਹੀ ਪਟਿਆਲਾ ਨਿਵਾਸੀਆਂ ਵੱਲੋਂ ਬਹੁਤ ਬਹੁਤ ਵਧਾਈਆਂ ਦਿੰਦਾ। ਤੁਹਾਡੇ ਵੱਲੋਂ ਕੀ ਅਰੇਂਜਮੈਂਟ ਕੀਤੇ ਗਏ ਇਸ ਨਗਰ ਕੀਰਤਨ ਨੂੰ ਲੈ ਕੇ? ਸਾਡੇ ਜਿਹੜੇ ਆਪਾਂ ਸਾਰੇ ਸੰਗਤਾਂ ਦੇ ਇਕੱਠੇ ਹੀ ਨੇ, ਪਰ ਜਿੱਥੇ ਸਾਡਾ ਛਾਉਣੀ ਹੈ ਬੁੱਢਾ ਦਲ ਦੀ ਉੱਥੇ ਵੀ ਪੂਰਾ ਜਿਹੜੇ ਹੈ ਸੰਗਤ ਵਾਸਤੇ ਜਲ ਪਾਣੀ ਦਾ ਜਿਹੜਾ ਹੋਰ ਵੀ ਆਪਣੇ ਕਰ ਸਕਦੇ ਹਾਂ ਆਪਾਂ ਜਿੰਨਾ ਵੀ ਸਤਿਕਾਰ ਕਰੀਏ ਉਨਾ ਹੀ ਥੋੜ੍ਹਾ ਹੈ। ਅਤੇ ਮੈਂ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਕਰਦਾ ਆਪਾਂ ਸਾਰੇ ਕੋਈ ਵੀ ਜੀ ਇਹੋ ਜਿਹਾ ਵਾਂਝਾ ਨਾ ਰਹੇ ਜਿਹੜੇ ਆਪਾਂ ਸਤਿਗੁਰਾਂ ਦੇ ਦਰਸ਼ਨ ਨਾ ਕਰ ਸਕੀਏ। ਕੀ ਸੁਨੇਹਾ ਲੋਕਾਂ ਨੂੰ ਮਿਲੇਗਾ ਇਸ ਨਗਰ ਕੀਰਤਨ ਤੋਂ 550 ਸਾਲਾਂ ਦੇ? ਜਿਹੜੇ ਜਿਨ੍ਹਾਂ ਨੂੰ ਨਹੀਂ ਵੀ ਪਤਾ, ਜਿਹੜੇ ਆਪਾਂ ਪਾਕਿਸਤਾਨ ਜਾਂ ਸੁਲਤਾਨਪੁਰ ਜਾਂ ਅਸਥਾਨਾਂ 'ਤੇ ਨਹੀਂ ਜਾ ਸਕਦੇ, ਉਹ ਗੁਰੂ ਗ੍ਰੰਥ ਸਾਹਿਬ ਜੀ ਕੱਲ੍ਹ ਤਾਰਨ ਗੁਰ ਨਾਨਕ ਆਇਆ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗੇ ਅੰਤਰ ਗੁਰੂ ਨਾਨਕ ਕੀ ਵਡਿਆਈ। ਉਹ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਜਿਹੜੀ ਹੈ ਉਹ ਘਰ ਘਰ ਸੁਨੇਹਾ ਦੇਣ ਵਾਸਤੇ ਨੌਜਵਾਨ ਪੀੜ੍ਹੀ ਜਿਹੜੀ ਹੈ ਦਰਸ਼ਨ ਕਰ ਰਹੀ ਹੈ, ਉਹ ਸਿੱਖ ਪ੍ਰੇਰਿਤ ਹੋ ਕੇ ਅਤੇ ਉਹ ਜਿਹੜੇ ਹੈ ਮੈਂ ਬੇਨਤੀ ਕਰਦਾ ਜਿਹੜੇ ਨੌਜਵਾਨ ਨਸ਼ਿਆਂ ਦੇ ਆਦੀ ਨੇ, ਜਿਹੜੇ ਪਤਤ ਨੇ, ਜਿਹੜੇ ਵਾਲ ਮਨਾਉਂਦੇ ਨੇ, ਕੇਸ ਆਪਣੇ ਕਟਾਉਂਦੇ ਨੇ, ਉਹ ਜਿਹੜੇ ਨੇ ਇਹ ਦੇਖ ਕੇ ਜਿਹੜੇ ਨੇ ਪੂਰੇ ਉਤਸ਼ਾਹਿਤ ਹੁੰਦੇ ਨੇ ਅਤੇ ਉਹ ਸਿੱਖੀ ਦੀ ਲਾਈਨ ਦੇ ਵਿੱਚ ਆਉਂਦੇ ਨੇ। ਮੈਂ ਬੇਨਤੀ ਕਰਦਾ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਉਹ 550 ਸਾਲਾ ਜਿਹੜਾ ਆਉਣ ਵਾਲੇ ਦਿਹਾੜੇ ਜਿਹੜੇ 12 ਨਵੰਬਰ ਨੂੰ ਵੱਡੇ ਪੱਧਰ 'ਤੇ ਮਨਾਏ ਜਾ ਰਹੇ ਨੇ, ਸਾਰੇ ਅੰਮ੍ਰਿਤਧਾਰੀ ਹੋਈਏ ਅਤੇ ਸਤਿਗੁਰਾਂ ਦੇ ਜਿਹੜੇ ਸਿੱਖੀ ਦੇ ਵਿੱਚ ਆਪਾਂ ਜਿਹੜਾ ਦਾਖਲ ਹੋਈਏ, ਜਿਹੜੇ ਨੌਜਵਾਨ ਜਿਹੜੇ ਭਟਕੇ ਹੋਏ ਨੇ, ਜਿਹੜੇ ਨਸ਼ਿਆਂ ਦੇ ਆਦੀ ਨੇ, ਉਹ ਨਸ਼ਿਆਂ ਦਾ ਤਿਆਗ ਕਰਨ, ਸਤਿਗੁਰਾਂ ਦੀ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤਰਰਾਸ਼ਟਰੀ ਨਗਰ ਕੀਰਤਨ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਪਟਿਆਲਾ ਵਿਖੇ ਅੱਜ ਪਹੁੰਚ ਰਿਹਾ ਹੈ। ਪਟਿਆਲਾ ਸ਼ਹਿਰ ਦੀਆਂ ਸਮੁੱਚੀਆਂ ਸੰਗਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਅਥਾਹ ਉਤਸ਼ਾਹ ਸ਼ਰਧਾ ਅਤੇ ਪਿਆਰ ਹੈ। ਸਵਾਗਤ ਲਈ ਸੰਗਤਾਂ ਉਡੀਕ ਕਰ ਰਹੀਆਂ ਨੇ। ਸਮੁੱਚੇ ਸੰਤ ਸਮਾਜ ਪਟਿਆਲਾ ਸੰਪਰਦਾਇ ਨਾਨਕਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਭ ਸੰਗਤਾਂ ਨੂੰ ਇਸ ਨਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਜਗਤ ਗੁਰੂ, ਜਿਨ੍ਹਾਂ ਦਾ ਸਾਰੇ ਧਰਮਾਂ ਵਾਲੇ, ਨਸਲਾਂ ਵਾਲੇ, ਦੇਸ਼ਾਂ ਵਾਲੇ 550 ਸਾਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਸਤਿਕਾਰ ਨਾਲ ਜਿਹੜਾ ਉਹ ਮਨਾ ਰਹੇ ਨੇ, ਔਰ ਸਿੱਖ ਕੌਮ ਜੋ ਅਸਲ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਵਿਰਾਸਤ ਦੀ ਮਾਲਕ ਹੈ, ਸਾਰੀਆਂ ਸਿੱਖ ਸੰਪਰਦਾਵਾਂ, ਸਾਰੀਆਂ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪੰਥਕ ਕਮੇਟੀ ਔਰ 96 ਕਮੇਟੀ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਸਾਰੀਆਂ ਹੀ, ਉਹ ਸਾਰੇ ਵੱਖ ਵੱਖ ਜਿਹੜੇ ਸੰਪਰਦਾ ਉਹ ਪੂਰੇ ਜੋਸ਼ ਨਾਲ, ਜਜ਼ਬੇ ਨਾਲ, ਪੂਰਾ ਇਹਦੇ ਵਿੱਚ ਸ਼ਮੂਲੀਅਤ ਕਰਕੇ ਯਤਨ ਕੀਤਾ ਜਾ ਰਿਹਾ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜੋ ਮਹਾਨ ਉਪਦੇਸ਼ ਹੈ ਸਾਰੇ ਸੰਸਾਰ ਲਈ ਜਿਹੜਾ ਹੈ ਉਹਨੂੰ ਘਰ ਘਰ ਪਹੁੰਚਾਇਆ ਜਾਵੇ। ਔਰ ਅੱਜ ਇਸੇ ਉਪਲਕਸ਼ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਨਗਰ ਕੀਰਤਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਚੱਲ ਕੇ ਦੇਸ਼ ਵਿਦੇਸ਼ ਦੀਆਂ ਵੱਖ ਵੱਖ ਥਾਵਾਂ ਤੋਂ ਹੁੰਦਾ ਆ ਉਹ ਅੱਜ ਪਟਿਆਲੇ 'ਚ ਪਹੁੰਚ ਰਿਹਾ। ਅਸੀਂ ਸਾਰੇ ਹੀ ਉਹ ਨਗਰ ਕੀਰਤਨ ਦੇ ਵਿੱਚ ਅਸੀਂ ਸ਼ਮੂਲੀਅਤ ਕਰ ਰਹੀ ਹੈ ਸੰਗਤ, ਉਹਨਾਂ ਦਾ ਤਹਿ ਦਿਲੋਂ ਜਿਹੜਾ ਸਵਾਗਤ ਕਰਦੇ ਹਾਂ, ਜੀ ਆਇਆਂ ਕਹਿੰਦੇ ਹਾਂ। ਔਰ ਨਾਲ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ
ਕੋਟਾਨ ਕੋਟ ਸ਼ੁਕਰ ਕਰਦੇ ਹਾਂ, ਕੋਟਾਨ ਕੋਟ ਸ਼ੁਕਰ ਕਰਦੇ ਹਾਂ ਜੇ ਦਰਸ਼ਨ ਦਾਰੇ ਦੇਣ ਵਾਸਤੇ ਸਾਰੀ ਸੰਗਤ ਦੇ ਥਾਂ ਥਾਂ ਜਿਹੜਾ ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸ਼ਰੀਕ ਰੂਪ ਵਿੱਚ ਗਏ ਸੀ, ਅੱਜ ਸ਼ਬਦ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਆ ਰਹੇ ਨੇ, ਸਭ ਨੂੰ ਨਿਹਾਲ ਕਰ ਰਹੇ ਨੇ। ਮੈਂ ਸਭ ਦਾ ਜੀ ਸਾਰੇ ਹੀ ਵਡਭਾਗੇ ਹਾਂ ਜਿਹਨਾਂ ਦੇ ਜੀਵਨ ਦੇ ਵਿੱਚ 550 ਸਾਲ ਆਇਆ, ਉਹ ਸਾਰੇ ਲੜਕੇ ਉਸ ਜਗਤ ਗੁਰੂ ਦੇ ਉਪਦੇਸ਼ ਸੰਦੇਸ਼ ਨੂੰ ਸਮਝਣ ਦਾ ਯਤਨ ਕਰੀਏ, ਥਾਂ ਥਾਂ ਜਿਹੜੇ ਉਹਨਾਂ ਦਾ ਜਿਹੜਾ ਪ੍ਰਚਾਰ ਪ੍ਰਸਾਰ ਕਰਕੇ ਉਹਦਾ ਜੋ ਚਾਨਣ ਉਹਨੇ ਵੰਡਿਆ ਉਹ ਚਾਨਣ ਨੂੰ ਹੋਰ ਫੈਲਾਈਏ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵਿਸ਼ਵ ਦੇ ਵਿੱਚ ਅਸ਼ਾਂਤੀ ਫੈਲੀ ਹੋਈ ਆ ਉਹ ਸ਼ਾਂਤੀ ਖਤਮ ਹੋ ਗਈ, ਵਿਸ਼ਵ ਸ਼ਾਂਤੀ ਹੋਵੇ, ਵਿਸ਼ਵ ਭਾਈਚਾਰਾ ਹੋਵੇ, ਵਿਸ਼ਵ ਏਕਤਾ ਹੋਵੇ ਔਰ ਸਾਰੇ ਲੋਕ ਸੁਖੀ ਵਸਣ। ਇਹਨਾਂ ਸ਼ਬਦ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਵਿੱਚ ਅਲੱਗ ਅਲੱਗ ਵਧਾਈ ਦਿੰਦਾ ਔਰ ਸਾਡੇ ਨਾਲ ਬਹੁਤ ਹੀ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਸਰਦਾਰ ਬਲਵੀਰ ਸਿੰਘ ਜੀ, ਨਿਹੰਗ ਸਿੰਘ ਦੇ ਮੁਖੀ ਨੇ, ਸਾਰੇ ਜਥੇਬੰਦੀਆਂ ਮੁਖੀ ਨੇ, ਉਹ ਸਾਡੇ ਸ਼ਾਮ ਵਾਲੇ ਸਿਰ ਤੋਂ ਲੈ ਕੇ ਨਗਰ ਕੀਰਤਨ ਜਾ ਰਹੇ ਨੇ। ਮੈਂ ਸਮਝਦਾ ਜਿਹੜਾ ਇਹ ਉਤਸ਼ਾਹ ਨਿਹੰਗ ਸਿੰਘ ਸਾਡੀਆਂ ਲਾਡਲੀਆਂ ਫੌਜਾਂ ਗੁਰੂ ਸਾਹਿਬ ਦੀਆਂ ਇਹ ਦਿਖਾ ਰਹੀਆਂ ਨੇ, ਇਹ ਸ਼ਹਿਰ ਦੀ ਅਸੀਂ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਮੈਂ ਸਮਝਦਾ ਬਹੁਤ ਵੱਡਾ ਚਾਅ ਹੈ, ਬੜੀ ਉਮੰਗ ਆ ਅਤੇ ਮੈਂ ਬੜੀਆਂ ਖੁਸ਼ੀਆਂ ਨਾਲ ਇੱਥੇ ਸੰਗਤ ਬੜੇ ਜੋਸ਼ ਅਤੇ ਉਤਸ਼ਾਹ ਨਾਲ ਖੜ੍ਹੀ ਆ ਕੌਮਾਂਤਰੀ ਨਗਰ ਕੀਰਤਨ ਦਾ ਸਵਾਗਤ ਕਰਨ ਵਾਸਤੇ, ਅਤੇ ਅਸੀਂ ਵਡਭਾਗੇ ਸਮਝਦੇ ਹਾਂ ਆਪਣੇ ਆਪ ਨੂੰ ਜਿਨ੍ਹਾਂ ਨੂੰ ਗੁਰੂ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਆਪਣੇ ਜੀਵਨ ਵਿੱਚ ਮਨਾਉਣ ਦਾ ਸੁਭਾਗ ਮਿਲਿਆ। ਸੋ ਅੱਜ ਵੀ ਅਸੀਂ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਾਂ ਕਿ ਜਿਹੜਾ ਕੌਮਾਂਤਰੀ ਨਗਰ ਕੀਰਤਨ ਸ਼੍ਰੀ ਨਨਕਾਣਾ ਸਾਹਿਬ ਦੀ ਮਹਾਨ ਇਤਿਹਾਸਿਕ ਧਰਤੀ ਤੋਂ ਚੱਲਿਆ ਅਤੇ ਹਿੰਦੁਸਤਾਨ ਦੇ ਕੋਨੇ ਕੋਨੇ ਦੇ ਵਿੱਚੋਂ ਦੀ ਸਰਬੱਤ ਦੇ ਭਲੇ ਅਤੇ ਸਾਂਝੀ ਵਾਲਤਾ ਦਾ ਗੁਰੂ ਸਾਹਿਬ ਦਾ ਸੰਦੇਸ਼ ਦਿੰਦਾ ਹੋਇਆ ਕੱਲ੍ਹ ਪਟਿਆਲੇ ਪਹੁੰਚਿਆ, ਅੱਜ ਪਟਿਆਲੇ ਸ਼ਹਿਰ ਦੇ ਵਿੱਚ ਦਾਖਲ ਹੋਣਾ। ਚਹਿਲ ਪੈਲਸ ਵਿਖੇ ਵੱਡੀ ਗਿਣਤੀ ਦੇ ਵਿੱਚ ਮੈਂ ਸਮਝਦਾ ਸਮੁੱਚਾ ਸ਼ਹਿਰ ਅੱਜ ਜਿੱਥੇ ਉਮੜਿਆ ਹੋਇਆ ਉੱਥੇ ਅਸੀਂ ਜੀਆਂ ਨੂੰ ਕਹਿੰਦੇ ਹਾਂ ਸਵਾਗਤ ਕਰਦੇ ਹਾਂ ਇਸ ਨਗਰ ਕੀਰਤਨ ਦੇ ਨਾਲ ਚੱਲ ਰਹੇ ਗੁਰੂ ਸਾਹਿਬ ਦੇ ਨਾਲ ਚੱਲ ਰਹੇ ਪੰਜ ਪਿਆਰਿਆਂ ਨੂੰ, ਪੰਜ ਪਿਆਰੇ ਸਾਹਿਬਾਨਾਂ ਨੂੰ, ਨਿਸ਼ਾਨਤੀ ਸਾਹਿਬਾਨਾਂ ਨੂੰ ਅਤੇ ਗੁਰੂ ਦੀ ਸਮੁੱਚੀ ਸੰਗਤ ਜਿਹੜੀ ਇਸ ਨਗਰ ਕੀਰਤਨ ਦੇ ਨਾਲ ਚੱਲ ਰਹੀ ਆ ਉਹਨਾਂ ਨੂੰ ਸਮੁੱਚੇ ਜ਼ਿਲ੍ਹੇ ਵੱਲੋਂ ਜੀਆਂ ਨੂੰ ਕਹਿੰਦੇ ਹਾਂ ਅਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਕੌਮਾਂਤਰੀ ਨਗਰ ਕੀਰਤਨ ਸ਼੍ਰੀ ਨਨਕਾਣਾ ਸਾਹਿਬ ਤੋਂ ਚੱਲ ਕੇ ਅੱਜ ਸਾਡੇ ਪਟਿਆਲਾ ਸ਼ਹਿਰ ਵਿੱਚ ਪਹੁੰਚ ਰਿਹਾ ਹੈ। ਪਟਿਆਲਾ ਮੀਡੀਆ ਕਲੱਬ ਵੱਲੋਂ ਇੱਥੇ ਸਿਵਲ ਲਾਈਨ ਥਾਣੇ ਦੇ ਕੋਲ ਉਹਨਾਂ ਦਾ ਨਗਰ ਕੀਰਤਨ ਦਾ ਭਰਵਾਂ ਸਵਾਗਤ ਕਰਨ ਲਈ ਸਮੁੱਚੇ ਪੱਤਰਕਾਰ ਭਾਈਚਾਰੇ ਇੱਥੇ ਪਹੁੰਚੇ ਹੈ, ਕਿਉਂਕਿ ਇਹ ਅਸੀਂ ਸੁਭਾਗਾ ਭਰਾ ਦਿਨ ਹੈ ਜੋ ਸਾਡੀ ਜ਼ਿੰਦਗੀ ਦੇ ਵਿੱਚ ਇਹ ਮੌਕਾ ਆਇਆ। ਪਹਿਲੀ ਵਾਰ 72 ਸਾਲਾਂ ਦੇ ਬਾਅਦ ਅਜਿਹਾ ਮੌਕਾ ਆਇਆ ਅਤੇ ਅਸੀਂ ਪਟਿਆਲਾ ਮੀਡੀਆ ਕਲੱਬ ਵੱਲੋਂ ਸਮਾਜ ਦੇ ਸਮੂਹ ਵਰਗਾਂ ਨੂੰ ਨਾਲ ਲੈ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਜੋ ਨਗਰ ਕੀਰਤਨ ਪਟਿਆਲੇ ਪਹੁੰਚ ਰਿਹਾ ਉਹਦਾ ਸਵਾਗਤ ਲਈ ਸਮੁੱਚਾ ਮੀਡੀਆ, ਸਮੁੱਚਾ ਪੱਤਰਕਾਰ ਭਰਾ ਇੱਥੇ ਖੜ੍ਹੇ ਹੋਏ ਹਾਂ ਅਤੇ ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਸਾਨੂੰ ਇਹ ਮਾਣ ਪ੍ਰਾਪਤ ਹੋਇਆ ਅਤੇ ਸਾਨੂੰ ਗੁਰੂ ਸਾਹਿਬ ਦੀਆਂ ਖੁਸ਼ੀਆਂ ਮਿਲ ਰਹੀਆਂ। ਸਾਰਿਆਂ ਲਈ ਬੜਾ ਸੁਭਾਗਾ ਬਹੁਤ ਸੁਭਾਗਾ ਸਮਾਂ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਇੱਥੇ ਕੌਮਾਂਤਰੀ ਨਗਰ ਕੀਰਤਨ ਜਿਹੜਾ ਪਹੁੰਚਿਆ, ਜਿੱਥੇ ਪਟਿਆਲੇ ਵੀ ਬਹੁਤ ਸੁਭਾਗੇ ਨੇ, ਉੱਥੇ ਪਟਿਆਲਾ ਮੀਡੀਆ ਕਲੱਬ ਵੀ ਇਸ ਇਤਿਹਾਸਿਕ ਯਾਤਰਾ ਦਾ ਹਿੱਸਾ ਬਣਿਆ ਅਤੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਅਤੇ ਅਸੀਂ ਕਦੇ ਕਰਮਾਂ ਵਾਲੇ ਹਾਂ। ਅਤੇ ਦੂਜੀ ਗੱਲ ਇਹ ਹੈ ਕਿ ਅੱਜ ਦੇ ਯੁੱਗ 'ਚ ਜਿਹੜੀ ਬਾਬੇ ਨਾਨਕ ਦੀ ਜਿਹੜੀ ਫਲਾਸਫੀ ਸੀਗੀ ਉਹਦੀ ਬੜੀ ਲੋੜ ਹੈ ਸਰਬ ਸਾਂਝੀ ਵਾਲਤਾ ਦੀ, ਅਤੇ ਉਹ ਸੰਦੇਸ਼ ਜਿਹੜਾ ਅੱਜ ਸਾਡੇ ਲਈ ਇਤਿਹਾਸਿਕ ਬਣਿਆ ਅਤੇ ਅਸੀਂ ਇਹਦਾ ਹਿੱਸਾ ਬਣਿਆ, ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਸਾਡੇ ਵੱਲੋਂ ਉਹਨਾਂ ਦੇ ਚਰਨਾਂ 'ਚ ਬਹੁਤ ਬਹੁਤ ਸਵਾਗਤ ਹੈ ਗੁਰੂ ਨਾਨਕ ਦੇਵ ਜੀ ਦੇ ਸਾਰੀਆਂ ਸੰਗਤਾਂ ਦੇ।